ਲਓ ਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਆਪਣਾ RJ31 ਟਰੈਕਟਰ ਫੈਨ ਚੈਨਲ 'ਤੇ। ਠੀਕ ਹੈ ਜੀ, ਜਿਹੜਾ ਅੱਜ ਆਪਾਂ ਤੁਹਾਡੇ ਵਾਸਤੇ ਵੀਡੀਓ ਲੈ ਕੇ ਆਏ, ਸਵਰਾਜ 735 FE ਮਾਡਲ ਹੈ ਜੀ, 97 ਮਾਡਲ। ਠੀਕ ਹੈ ਜੀ, ਆਹ ਦੇਖੋ ਜੀ 97 ਮਾਡਲ ਜੀ, ਆਹ ਦੇਖੋ ਜੀ ਪਲੇਟ ਲੱਗੀ, ਅਤੇ ਆਹ ਦੇਖੋ ਜੀ 97 ਮਾਡਲ 1997। ਠੀਕ ਹੈ ਜੀ, ਕਲੋਸਕਰ ਦਾ ਇੰਜਣ ਹੈ ਜੀ। ਅਤੇ ਇਹਦੇ ਦਿੱਕਤ ਕੀ ਹੈ ਜੀ, ਇਹਦੇ ਪੰਪ ਦੀ ਜਿਹੜੀ ਮੇਨ ਸੀਲ ਹੁੰਦੀ ਹੈ, ਇਹਦੇ ਅੰਦਰ ਸੀਲ ਹੁੰਦੀ ਹੈ ਜੀ, ਜਿਹੜੀ ਆਪਣੇ ਇੱਧਰ ਇੰਜਨ ਦੇ ਨਾਲ ਜੁੜਿਆ ਹੁੰਦਾ ਪਲੇਟ ਨਾਲ, ਉਹ ਸੀਲ ਹੈਗੀ ਜੀ ਲੀਕ ਇਹਦੀ। ਆਪਾਂ ਘਰ ਹੀ ਸੀਲ ਪਾਵਾਂਗੇ, ਦੇਖੋ ਜੀ ਘਰ ਟਰੈਕਟਰ ਖੋਲਿਆ। ਠੀਕ ਹੈ ਜੀ, ਅਤੇ ਘਰ ਹੀ ਸੀਲ ਪਾਵਾਂਗੇ, ਤਾਂ ਤੁਹਾਨੂੰ ਵੀਡੀਓ 'ਚ ਪੂਰੀ ਡਿਟੇਲ ਦੱਸਾਂਗੇ ਵੀ ਕੀ ਕੀ ਕਰਨਾ ਪਊਗਾ ਆਪਾਂ ਨੂੰ। ਪਹਿਲਾਂ ਤਾਂ ਜੀ ਇਹ 13 ਨੰਬਰ ਦੇ ਆਪਾਂ ਨੂੰ 5 ਨਾਟ ਖੋਲਣੇ ਪੈਣਗੇ, ਪਲੇਟ ਖੁੱਲ ਜੂਗੀ। ਠੀਕ ਹੈ ਜੀ, ਹੁਣ ਨਾਲ ਦੀ ਨਾਲ ਦੱਸੇ ਚੱਲਾਂਗੇ 19 ਨੰਬਰ ਦੇ ਆ ਖੁੱਲ੍ਹਣਾ ਪਊ, 3 ਪੈਪਾਂ ਹਨ ਜਲਾਣੀਆਂ ਖੁੱਲ੍ਹਣੀਆਂ ਪੈਣੀਆਂ। ਠੀਕ ਹੈ ਜੀ, ਆਹ ਨਾਟ 4 ਖੁੱਲ੍ਹਣੇ ਪੈਣਗੇ। ਠੀਕ ਹੈ ਜੀ, ਵੀਡੀਓ ਕੰਟੀਨਿਊ, ਅਤੇ ਜੇ ਵੀਡੀਓ ਵਧੀਆ ਲੱਗਦੀ ਲਾਈਕ ਸ਼ੇਅਰ ਅਤੇ ਚੈਨਲ ਸਬਸਕ੍ਰਾਈਬ ਜ਼ਰੂਰ ਕਰਿਓ। ਲਓ ਜੀ ਆਹ ਦੇਖੋ ਜੀ 17 ਨੰਬਰ ਦੀਆਂ 3 ਆਪਣੇ ਨਜ਼ਲ ਵਾਲੀਆਂ ਪੈਪਾਂ ਖੁੱਲ੍ਹ ਗਈਆਂ, 1 2 3। ਠੀਕ ਹੈ ਜੀ, ਆਹ ਨਾਟ ਵੀ ਖੋਲ੍ਹ ਲਿਆ ਆਪਾਂ 17 ਨੰਬਰ ਦੇ। ਠੀਕ ਹੈ ਜੀ, 2 ਨਾਟ ਰਹਿ ਗਏ ਪਰਲੇ, ਉਹ ਵੀ ਖੁੱਲ੍ਹ ਜਾਣਗੇ, ਪੰਪ ਆਪਣਾ ਬਾਹਰ ਆ ਜੂਗਾ। ਠੀਕ ਹੈ ਜੀ, ਆ ਪਲੇਟ ਵੀ ਖੁੱਲ੍ਹ ਚੁੱਕੀ ਆ, ਮਾੜਾ ਹੱਥ ਮਾਰ ਦੇ, ਬਸ ਹਟ ਜਾ ਇੱਕ ਮਿੰਟ ਤਾਰ ਕੱਢ। ਆਹ ਦੇਖੋ ਜੀ RPM ਮੀਟਰ ਵਾਲੀ ਤਾਰ ਹੈ ਜੀ। ਠੀਕ ਹੈ ਜੀ, ਆਹ ਦੇਖੋ ਠੀਕ ਹੈ ਜੀ, ਆਪਾਂ ਨੂੰ 19 ਨੰਬਰ ਦਾ ਨਟ ਖੋਲ੍ਹਣਾ ਪਊਗਾ। ਠੀਕ ਹੈ ਜੀ, ਫਿਰ ਪੰਪ ਬਾਹਰ ਆਊਗਾ ਜੀ। ਵੀਡੀਓ ਵਧੀਆ ਲੱਗਦੀ ਹੈ ਲਾਈਕ ਸ਼ੇਅਰ ਜ਼ਰੂਰ ਕਰੋ ਅਤੇ ਚੈਨਲ ਸਬਸਕ੍ਰਾਈਬ। ਠੀਕ ਹੈ ਜੀ, ਹੁਣ ਆਪਾਂ ਪੰਪ ਬਾਹਰ ਕੱਢਾਂਗੇ। ਲਓ ਜੀ ਆਹ ਦੇਖੋ ਜੀ 19 ਨੰਬਰ ਦਾ ਨਟ ਵੀ ਖੋਲ੍ਹ ਲਿਆ ਆਪਾਂ। ਠੀਕ ਹੈ ਜੀ, ਹੁਣ ਪੰਪ ਬੈਕ ਸਾਈਡ ਬਾਹਰ ਆ ਜੂਗਾ, ਆ 4 ਨਟ ਖੋਲ੍ਹ ਲਏ ਜੀ 17 ਨੰਬਰ ਦੇ, ਨੋਜ਼ਲਾਂ ਵੀ ਖੁੱਲ੍ਹ ਗਈਆਂ ਜੀ। ਠੀਕ ਹੈ ਜੀ, ਸਪਲਾਈ ਰੇਸ ਬੰਦ ਕਰਨ ਵਾਲਾ। ਠੀਕ ਹੈ ਜੀ, ਇੱਕ ਤੁਹਾਨੂੰ ਸਭ ਤੋਂ ਵੱਡੀ ਜਾਣਕਾਰੀ ਦੇਵਾਂ, ਜਿੱਥੇ ਤੁਸੀਂ ਪੰਪ ਖੋਲ੍ਹਿਆ ਉੱਥੇ ਹੀ ਦੁਬਾਰੇ ਕੱਸਣਾ, ਕਿਉਂਕਿ ਇਹਦਾ ਟਾਈਮ ਦਾ ਮੁੜ ਕੇ ਦਿੱਕਤ ਹੋ ਜਾਂਦੀ ਹੈ ਜੀ। ਠੀਕ ਹੈ ਜੀ, ਇਹਦਾ ਕੀ ਕਾਰਨ ਹੈ, ਹੁਣ ਆਪਾਂ ਇੱਥੋਂ ਕੱਢ ਲਏ, ਇਹਦੇ ਵਿੱਚ ਕੱਟ ਰਹੂਗੀ ਜੀ ਇੱਥੇ। ਠੀਕ ਹੈ ਜੀ, ਇਹਦੇ ਵਿੱਚ ਇੱਥੇ ਕੱਟ ਰਹੂਗੀ, ਅਤੇ ਹੁਣ ਇੱਥੇ ਆਪਾਂ ਪੰਪ ਖੋਲ੍ਹ ਲਿਆ, ਚੱਕੀ ਬਣਾਇਆ ਪਿੱਛੋਂ, ਅਤੇ ਇਹ ਮੁੜ ਕੇ ਫਿਰ ਇੱਥੋਂ ਸਟਾਰਟ ਨਹੀਂ ਹੋਣਾ ਟਰੈਕਟਰ ਮੁੜ ਕੇ ਸਾਗੀ ਥਾਂ 'ਤੇ। ਠੀਕ ਹੈ ਜੀ, ਠੀਕ ਹੈ ਜੀ, ਇਹਨੂੰ ਮਾੜਾ ਮਾੜਾ ਹਿਲਾ ਲਓ,
ਚੱਲ ਚੱਲ ਠੀਕ ਹੈ ਜੀ। ਇੱਕ ਲਓ ਜੀ ਆਹ ਦੇਖ ਲਓ ਜੀ ਪੰਪ ਖੋਲ ਲਿਆ ਠੀਕ ਹੈ ਜੀ। ਆਹ ਦੇਖੋ ਆ ਪਲੇਟ ਪਹਿਲਾਂ ਲੱਗੀ ਹੁੰਦੀ ਹੈ ਠੀਕ ਹੈ ਜੀ, ਉਹ ਟਾਈਮਿੰਗ ਕਰਾ ਰਹੀ ਹੈ। ਆਪਾਂ ਨਿਸ਼ਾਨੀ ਲਾ ਲਈ, ਹੁਣ ਸਾਗੀ ਦੰਦਿਆਂ ਤੋਂ ਉੱਥੇ ਲਾਉਣੇ ਠੀਕ ਹੈ ਜੀ। ਆਹ ਪਿਆ ਪੰਪ ਆ ਦੇਖੋ ਜੀ, ਆਹ ਸੀਲ ਲੀਕ ਹੈ ਜੀ ਇਹਦੀ। ਠੀਕ ਹੈ ਜੀ, ਆਪਾਂ ਸੀਲ ਪਾਵਾਂਗੇ ਅਤੇ ਦਿਖਾਵਾਂਗੇ। ਆਹ ਦੇਖੋ ਜੀ, ਹੁਣ ਆਪਾਂ ਨਟ ਖੋਲਾਂਗੇ ਚਾਰ ਠੀਕ ਹੈ ਜੀ। ਕੱਪੜਾ ਚੱਕੀ ਪੇਜ ਕਰ ਚੱਕੀ ਪਾਈ ਪੇਜ ਕਰ ਦਿੱਤੇ ਖੋਲ ਕੇ ਦੇਖੀ ਖਾਲੀ ਅਕਾਊਂਟ। ਤਾਂ ਦੇਖੋ ਜੀ ਖੋਲ ਲਿਆ, ਬੈਰਿੰਗ ਠੀਕ ਹੈ ਅਤੇ ਆਪਣੇ ਇੱਕ ਜੈਨ ਨਵਾਂ ਪਾਉਣਾ ਪਊ ਅੰਦਰਲਾ ਜੈਨ ਅਤੇ ਇੱਕ ਆਹ ਪਈ। ਤੁਹਾਨੂੰ ਸੀਲ ਨੰਬਰ ਦਿਖਾਈਏ, ਸੀਲ ਨੰਬਰ ਹੈਗਾ ਜੀ 17 17 28 7 ਠੀਕ ਹੈ ਜੀ। ਆਹ ਦੇਖੋ ਸੀਲ ਲਿਆਂਦੀ ਆਪਾਂ, ਹੁਣ ਸੀਲ ਠੋਕ ਦਿੰਦੇ ਹਾਂ, ਕੱਢ ਲਾਂਗੇ ਪੁਰਾਣੀ।